ਹੁਣ ਮੈਂ ਅਰਜ਼ ਕਰਾਂ, ਬਹੁਤ ਲੰਬੇ ਸਮੇਂ ਤੱਕ ਭਾਰਤ ਵਿੱਚ ਔਰ ਚਾਈਨਾ ਵਿੱਚ, ਇਹ ਦੋ ਵੱਡੇ ਮੁਲਕ ਨੇ ਆਬਾਦੀ ਦੇ ਲਿਹਾਜ਼ ਨਾਲ, ਸ਼ੁਰੂ ਸ਼ੁਰੂ ਵਿੱਚ ਅੱਜ ਤੋਂ ਕੋਈ 4000 ਸਾਲ ਪਹਿਲੇ ਮੰਤਰਾਂ ਦੇ ਰਾਹੀਂ ਇਲਾਜ ਆਉਂਦਾ ਸੀ। ਇਹ ਬਾਕੀ ਪਦਤਾਂ ਜਿਹੜੀਆਂ ਨੇ, ਇਹਨਾਂ ਦਾ ਜਨਮ ਨਹੀਂ ਹੋਇਆ ਸੀ, ਮੰਤਰਾਂ ਦੇ ਰਾਹੀਂ ਇਲਾਜ ਆਉਂਦਾ ਸੀ। ਕੰਨ ਦੁਖਦਾ ਹੈ ਤਾਂ ਮੰਤਰ, ਮੱਥਾ ਦੁਖਦਾ ਹੈ ਤਾਂ ਮੰਤਰ, ਕੋਈ ਬੁਖਾਰ ਚੜ ਗਿਆ ਤਾਂ ਮੰਤਰ। ਮੰਤਰ ਪੜ੍ਹ ਕੇ ਜਿਹੜਾ ਬੁਖਾਰ ਉਤਾਰ ਦੇਵੇ ਉਹਨੂੰ ਮਾਂਦਰੀ ਕਹਿੰਦੇ ਸਨ, ਮੰਤਰੀ ਕਹਿੰਦੇ ਸਨ। ਕੰਨ ਦੁਖਦਾ ਹੈ ਮੰਤਰ, ਸਿਰ ਦੁਖਦਾ ਹੈ ਮੰਤਰ, ਦਾੜ ਦੁਖਦੀ ਹੈ ਮੰਤਰ, ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਤਰ੍ਹਾਂ ਦੇ ਮਾਂਦਰੀ ਮੰਤਰੀ ਅਜੇ ਵੀ ਥੋੜ੍ਹੇ ਬਹੁਤ ਮੌਜੂਦ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਸੱਪ ਨੇ ਡੰਗ ਮਾਰਿਆ, ਇਹਦਾ ਇਲਾਜ ਵੀ ਮੰਤਰਾਂ ਦੇ ਰਾਹੀਂ ਆਉਂਦਾ ਸੀ। ਠੂਏ ਨੇ ਡੰਗ ਮਾਰਿਆ, ਇਹਦਾ ਇਲਾਜ ਵੀ ਮੰਤਰਾਂ ਦੇ ਰਾਹੀਂ ਆਉਂਦਾ ਸੀ। ਮੈਂ ਉਦਾਹਰਣ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਾਣੀ ਗਾਥਾ ਤੋਂ ਤੁਹਾਡੇ ਸਾਹਮਣੇ ਰੱਖਾਂ। ਸਾਹਿਬ ਕਹਿੰਦੇ ਨੇ, ਮੰਤਰੰ ਗਾਰੜੇ ਨਿਵਾਰੰ ਦਸਨ ਬਿਹੋਨ ਭੁਯੰਗੰ, ਮੰਤਰੰ ਗਾਰੜੇ ਨਿਵਾਰੰ ਵਿਆਧ ਉਪਾੜਨ ਸੰਤਨ ਨਾਨਕ ਲਬਦ ਕਰਮਣੇ। ਬੜੇ ਧਿਆਨ ਨਾਲ ਸੁਣਨਾ, ਗਾਥਾ ਮੱਲਾ ਪੰਜਵਾਂ। ਦਸਨ ਬਿਹੋਨ ਭੁਯੰਗੰ ਮੰਤਰੰ ਗਾਰੜੇ ਨਿਵਾਰੰ, ਦਸਨ ਕਹਿੰਦੇ ਨੇ ਦੰਦਾਂ ਨੂੰ, ਭੁਯੰਗ ਕਹਿੰਦੇ ਨੇ ਸੱਪ ਨੂੰ, ਗਾਰੜੀ ਮੰਤਰ ਹੈ ਜਿਹਨੂੰ ਸਪੇਰਾ ਜਪ ਜਪ ਕੇ ਅਤੇ ਸੱਪ ਨੂੰ ਕਾਬੂ ਕਰ ਲੈਂਦਾ ਔਰ ਉਹਨੂੰ ਦੰਦਾਂ ਤੋਂ ਬਿਨਾਂ ਕਰ ਦਿੰਦਾ, ਉਹਦੀ ਜ਼ਹਿਰ ਕੱਢ ਦਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਉਦਾਹਰਣ ਦਿੰਦੇ ਪੈਣ। ਦਸਨ ਬਿਹੋਨ ਭੁਯੰਗੰ ਮੰਤਰੰ ਗਾਰੜੀ ਨਿਵਾਰੰ, ਗਾਥਾ ਮੱਲਾ ਪੰਜਵਾਂ। ਜੈਸੇ ਗਾਰੜੀ ਮੰਤਰ ਨੂੰ ਜਪ ਜਪ ਕੇ ਅਤੇ ਸਿੱਧ ਕਰਕੇ ਸਪੇਰਾ ਸੱਪ ਨੂੰ ਪਕੜ ਲੈਂਦਾ ਅਤੇ ਉਹਨੂੰ ਦੰਦਾਂ ਤੋਂ ਬਿਨਾਂ ਕਰ ਦਿੰਦਾ, ਉਹਦੀ ਜ਼ਹਿਰ ਕੱਢ ਦਿੰਦਾ। ਉਹਨੇ ਕਿਸੇ ਨੂੰ ਡੰਗ ਮਾਰਿਆ ਅਤੇ ਉਹਦੀ ਜ਼ਹਿਰ ਵੀ ਉਤਾਰ ਦਿੰਦਾ। ਵਿਆਧ ਉਪਾੜਨ ਸੰਤਨ ਨਾਨਕ ਲਬਦ ਕਰਮਣੇ, ਵਿਰਲੇ ਸੰਤ ਜਨ ਨੇ ਜੋ ਪਰਮਾਤਮਾ ਦਾ ਨਾਮ ਰੂਪੀ ਗਾਰੜੀ ਮੰਤਰ ਜਪ ਜਪ ਕੇ ਆਪਣੇ ਮਨ ਦੇ 'ਚੋਂ ਸਾਰੀ ਜ਼ਹਿਰ ਕੱਢ ਦਿੰਦੇ ਨੇ, ਕੱਢ ਦਿੰਦੇ ਨੇ। ਉਮੀਦ ਹੈ ਅਭਿਆਸੀ ਸੱਜਣ ਜ਼ਰੂਰ ਪਕੜਨਗੇ। 4000 ਸਾਲ ਪਹਿਲੇ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਮੰਤਰਾਂ ਰਾਹੀਂ ਆਉਂਦਾ ਸੀ। ਸ਼ਾਇਦ ਮੈਂ ਤੁਹਾਨੂੰ ਦੱਸਿਆ ਕਿ ਨਹੀਂ, ਜੰਮੂ ਦੇ 'ਚ ਮੇਰੀ ਦਾੜ ਦੁਖਣ ਲੱਗ ਪਈ ਸੀ, ਬਹੁਤ ਪੁਰਾਣੀ ਗੱਲ। ਅਤੇ ਜੰਮੂ ਗੁਰਦੁਆਰੇ ਦੇ ਥੱਲੇ ਮਾਰਕੀਟ ਹੈ, ਉਹਦੇ 'ਚ ਇੱਕ ਮੋਚੀ ਵੀ ਹੈ, ਨਵੀਆਂ ਜੁੱਤੀਆਂ ਬਣਾ ਕੇ ਵੇਚਦਾ। ਪਰ ਸਵੇਰੇ ਸਵੇਰੇ 7 ਤੋਂ ਲੈ ਕੇ 9 ਵਜੇ ਤੱਕ ਉਹ ਮਰੀਜ਼ਾਂ ਦਾ ਇਲਾਜ ਵੀ ਕਰਦਾ ਮੰਤਰਾਂ ਦੇ ਰਾਹੀਂ। ਉਹਦੇ ਕੋਲ 10-20 ਮਰੀਜ਼ ਸਵੇਰੇ ਸਵੇਰੇ ਆਏ ਰਹਿੰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਸ਼ੁੱਧ ਸੰਬੰਧ 'ਚ ਮੈਂ ਗਿਆ ਹੋਇਆ ਸੀ, ਕਈ ਸਾਲ ਮੈਂ ਜਾਂਦਾ ਰਿਹਾ। ਉਸ ਦਿਨ ਕਥਾ ਘੰਟੇ ਦੀ ਥਾਂ 'ਤੇ ਮੈਂ ਅੱਧਾ ਘੰਟਾ ਕਰਕੇ ਸੰਗਤ ਤੋਂ ਮਾਫ਼ੀ ਮੰਗ ਲਈ। ਮੈਂ ਕਿਹਾ ਮੇਰੀ ਦਾੜ ਬਹੁਤ ਦੁਖਦੀ ਹੈ, ਮੇਰਾ ਧਿਆਨ ਦਾੜ ਦੇ ਜਾਂਦਾ। ਉਹ ਮੋਚੀ ਮੇਰੇ ਕੋਲ ਆ ਗਿਆ ਕਮਰੇ ਦੇ 'ਚ, ਕਹਿੰਦਾ ਸੁਣਿਆ ਗਿਆ ਨਹੀਂ ਜੀ ਤੁਹਾਡੀ ਦਾੜ ਦੁਖਦੀ ਹੈ। ਮੈਂ ਕਿਹਾ ਬਹੁਤ ਦੁਖਦੀ ਹੈ।
ਅਤੇ ਕਹਿਣ ਲੱਗਾ ਆਪਾਂ ਐਂ ਚੁਟਕੀ ਠੀਕ ਕਰ ਦੇਈਏ ਤਾਂ ਮੈਂ ਠੀਕ ਕਰ ਦੇ ਫਿਰ। ਮੈਂ ਕਿਹਾ ਡਾਕਟਰ ਕੋਲ ਗਿਆ ਸੀ, ਉਹ ਕਹਿੰਦਾ ਸੀ ਕੱਢਣੀ ਪੈਣੀ ਆ, ਅਤੇ ਮੈਂ ਉਹਨੂੰ ਕਿਹਾ ਸੀ ਗੁਰਪੁਰਬ ਲੰਘ ਜਾਣ ਦਿਓ। ਮੈਂ ਕਿਹਾ ਤਿੰਨ ਦਿਨ ਗੁਰਪੁਰਬ ਹੈ, ਦੋ ਦੋ ਤਿੰਨ ਤਿੰਨ ਥਾਵਾਂ 'ਤੇ ਮੈਂ ਹਾਜ਼ਰੀ ਭਰਨੀ ਹੈ। ਕਹਿੰਦੇ ਫਿਰ ਬਾਅਦ ਵਿੱਚ ਕਢਵਾ ਲੈਣਾ, ਦਵਾਈ ਉਹਨੇ ਦਿੱਤੀ ਮੇਰੀ ਪੀੜ ਦੂਰ ਨਾ ਹੋਈ। ਕਹਿਣ ਲੱਗਾ ਮੈਂ ਚੁਟਕੀ 'ਚ ਕਰ ਦਿੰਦਾ, ਮੈਂ ਕਰਦਾ ਕੁਛ ਪੜ੍ਹਦਾ ਰਿਹਾ ਅਤੇ ਕਿੱਲ ਦੇ ਉੱਤੇ ਧਾਗਾ ਲਪੇਟਦਾ ਰਿਹਾ। ਮੈਨੂੰ ਕਹਿਣ ਲੱਗਾ ਤੁਹਾਡਾ ਦਰਦ ਤਾਂ ਹੁਣ ਹਟ ਗਿਆ ਹੋਣਾ। ਮੈਂ ਕਹਿੰਦੀ ਪਹਿਲੇ ਨਾਲੋਂ ਵੱਧ ਗਿਆ, ਹਟਿਆ ਕੋਈ ਨਹੀਂ। ਉਹ ਫਿਰ ਕੁਝ ਪੜ੍ਹਦਾ ਰਿਹਾ। ਥੋੜ੍ਹੀ ਦੇਰ ਬਾਅਦ ਮੈਨੂੰ ਕਹਿਣ ਲੱਗਾ ਹੁਣ ਤਾਂ ਆਰਾਮ ਹੋਵੇਗਾ ਨਾ। ਮੈਂ ਕਿਹਾ ਬੇਆਰਾਮੀ ਮੇਰੀ ਵੱਧ ਗਈ ਹੈ ਪਹਿਲੇ ਨਾਲੋਂ, ਕੋਈ ਆਰਾਮ ਨਹੀਂ। ਚੀਦੀ ਦਫ਼ਾ ਉਸਨੇ ਫਿਰ ਪੜ੍ਹਿਆ ਔਰ ਟਾਈਮ ਵੀ ਜ਼ਿਆਦਾ ਲਾਇਆ। ਕਹਿਣ ਲੱਗੇ ਹੁਣ ਤਾਂ ਤੁਸੀਂ ਬਿਲਕੁਲ ਠੀਕ ਹੋਵੋਗੇ। ਮੈਂ ਕਹਿੰਦੀ ਹੁਣ ਤਾਂ ਮੈਂ ਬਿਲਕੁਲ ਖਰਾਬ ਹੋ ਗਿਆ, ਬਹੁਤ ਭੀੜ ਹੋ ਰਹੀ ਹੈ। ਪਤਾ ਉਸਨੇ ਮੈਨੂੰ ਕੀ ਆਖਿਆ, ਤੁਸੀਂ ਮੇਰੇ 'ਤੇ ਸ਼ਰਧਾ ਨਹੀਂ ਕਰ ਰਹੇ। ਆਪਦੀ ਗਿਆਤਲੀ ਅਰਜ਼ ਕਰਾਂ, ਕੋਈ ਮੰਤਰ ਕੰਮ ਨਹੀਂ ਕਰੇਗਾ ਅਗਰ ਸ਼ਰਧਾ ਨਹੀਂ ਹੈ ਕੋਈ ਵੀ। ਖਿੜ ਸ਼ਰਧਾ ਨਾਲ ਬਣੇਗੀ। ਸਾਰਾ ਦਿਨ ਮੇਰੇ ਹੱਥ ਵਿੱਚ ਭੋਜਨ ਦੀ ਥਾਲੀ ਹੋਵੇ, ਮੇਰੀ ਭੁੱਖ ਨਹੀਂ ਮਿਟੇਗੀ ਜਿੰਨੇ ਚਿਰ ਤੱਕ ਮੈਂ ਰੋਟੀ ਕੰਠ ਤੋਂ ਥੱਲੇ ਨਾ ਕਰਾਂ। ਸ਼ਰਧਾ ਨਾਲ ਹੀ ਮੰਤਰ ਨਾਲ ਸੰਬੰਧ ਜੁੜਦਾ ਹੈ। ਮੈਨੂੰ ਕਹਿਣ ਲੱਗੇ ਤੁਸੀਂ ਮੇਰੇ 'ਤੇ ਸ਼ਰਧਾ ਕਰੋ। ਮੈਂ ਕਿਹਾ ਹੱਦ ਹੋ ਗਈ, ਤੇਰੇ ਮੰਤਰ 'ਤੇ ਸ਼ਰਧਾ ਮੈਂ ਕਰਾਂ ਤਾਂ ਸਿਰਫ ਮੇਰੀ ਦਾੜ ਦੀ ਪੀੜ ਦੂਰ ਹੁੰਦੀ ਹੈ। ਪਰ ਮਹਾਰਾਜ ਕਹਿੰਦੇ ਨੇ ਇੱਕ ਦਫ਼ਾ ਪਰਮਾਤਮਾ ਦੇ ਨਾਮ ਦੇ ਉੱਤੇ ਕੋਈ ਸ਼ਰਧਾ ਕਰੇ ਸਾਰੇ ਹੀ ਰੋਗ ਮਿਟ ਜਾਂਦੇ ਨੇ। ਸਰਬ ਰੋਗ ਕਾ ਔਖਦ ਨਾਮ। ਮੈਂ ਕਿਹਾ ਸ਼ਰਧਾ ਇਤਨੀ ਸੌਖੀ ਗੱਲ ਨਹੀਂ ਹੈ। ਪੂਰਨ ਵਿਸ਼ਵਾਸ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਅਤੇ ਸਮਨ ਪ੍ਰਗਟਾਇਆ। ਜਿੱਥੇ ਵਿਸ਼ਵਾਸ ਪੂਰਾ ਬਣ ਜਾਏ, ਭਾਵਨਾ ਪੂਰੀ ਹੋ ਜਾਏ, ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ, ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ। ਅਤੇ ਮੈਨੂੰ ਕਹਿਣ ਦੇਣਾ, ਅਜੇ ਤੱਕ ਜਿਸ ਜਿਸ ਦਾ ਬ੍ਰਹਮ ਗਿਆਨ ਨਹੀਂ ਪ੍ਰਗਟ ਹੋਇਆ, ਅਜੇ ਉਸਦਾ ਭਰੋਸਾ ਡੋਲਦਾ ਹੈ। ਤਾਂ ਹੀ ਤਾਂ ਅਰਦਾਸ ਹੈ, ਡੋਲਨ ਤੇਰਾ ਕਹੋ ਪ੍ਰਭੂ ਨਾਨਕ ਦੇ ਘਰ ਹੱਥ। 50 ਸਾਲ ਹੋ ਗਏ ਨੇ ਮੈਨੂੰ ਕਥਾ ਕਰਦਿਆਂ, ਕਦੀ ਕਦੀ ਭਰੋਸਾ ਡੋਲ ਜਾਂਦਾ ਹੈ। ਹਾਲਾਤ, ਵਿਸ਼ਵਾਸ ਦਾ ਪੂਰਾ ਬੱਝ ਜਾਣਾ ਬੜੀ ਬਖਸ਼ਿਸ਼ ਹੈ। ਜਾਂ ਕੇ ਰਿਹਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਅਤੇ ਸਮਨ ਪ੍ਰਗਟ ਹੈ। ਤਤ ਕਹਿੰਦੇ ਨੇ ਉਸੇ ਵਕਤ, ਉਸੇ ਵਕਤ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ ਹੈ, ਉਸੇ ਵਕਤ ਭਗਵਾਨ ਪ੍ਰਗਟ ਹੋ ਜਾਂਦਾ ਹੈ। ਕੋਈ ਦਿਨ ਨਹੀਂ ਲੱਗਦੇ, ਕੋਈ ਮਹੀਨੇ ਨਹੀਂ ਲੱਗਦੇ। ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਦਸਨ ਬਿਹੋਨ ਮੰ ਭਯੰਗੰਗ ਮੰਤਰੰ ਗਾਰੜੀ ਨਿਵਾਰ। ਸ਼ੁਰੂ ਸ਼ੁਰੂ 'ਚ ਇਲਾਜ ਮੰਤਰਾਂ ਦੇ ਰਾਹੀਂ ਆਉਂਦਾ ਸੀ, ਫਿਰ ਆਯੁਰਵੇਦ ਅੱਗੇ ਆ ਗਈ, ਵੈਦ ਧਨੰਤਰ ਦੇ ਰਾਹੀਂ। ਇਹ ਵੀ ਕੋਈ 3.5-4 ਹਜ਼ਾਰ ਸਾਲ ਪਹਿਲੇ ਵੈਦ ਹੋਇਆ, ਵੈਦ ਧਨੰਤਰ। ਸਭ ਮੇ ਜੋਤ ਜੋਤ ਹੈ ਸੋਏ, ਜਿਹੜਾ ਆਪਣੀ ਆਤਮਾ ਤੱਕ ਪਹੁੰਚ ਜਾਂਦਾ ਉਹ ਸਾਰਿਆਂ ਤੱਕ ਪਹੁੰਚ ਜਾਂਦਾ। ਕਿਉਂ? ਸਾਰਿਆਂ ਦੇ ਤਨ ਅਲੱਗ ਅਲੱਗ ਨੇ, ਸਾਰਿਆਂ ਦੇ ਮਨ ਅਲੱਗ ਅਲੱਗ ਨੇ, ਸਾਰਿਆਂ ਦੀ ਆਤਮਾ ਇੱਕੋ ਹੈ। ਹਸਤੀ ਕੀਟੀ ਤ੍ਰਿੜਲੋ ਆਦੰ ਏਕ ਅਖੰਡਤ ਬਸੇ ਅਨਾਦੰ।
ਅਖੰਡ ਰੂਪ ਦੇ 'ਚ ਇੱਕੋ ਹੀ ਆਤਮਾ ਸਾਰਿਆਂ ਦੇ 'ਚ ਹੈ, ਪਸ਼ੂਆਂ ਦੇ 'ਚ, ਬਨਸਪਤੀ ਦੇ 'ਚ, ਮਨੁੱਖਾਂ ਦੇ 'ਚ। ਜੋ ਆਤਮ ਗਿਆਨੀ ਹੈ ਉਹ ਸਰਬ ਗਿਆਨੀ ਹੈ, ਉਹ ਸਾਰਿਆਂ ਦੀ ਜਾਣ ਲੈਂਦਾ। ਕਿਉਂ? ਜੋ ਦੇ ਅੰਦਰ ਜੋਤ ਹੈ ਉਹੀ ਸਾਰਿਆਂ ਦੇ ਅੰਦਰ ਹੈ। ਸਭ ਮੈਂ ਜੋਤ, ਜੋਤ ਹੈ ਸੋਹੇ, ਤਿਸਕੇ ਚਾਨਣ ਸਭ ਮੈਂ ਚਾਨਣ ਹੋਏ। ਅਜੋਕੇ ਸਾਇੰਟਿਸਟ ਹੈਰਾਨ ਨੇ, 1500 ਜੜੀ ਬੂਟੀਆਂ ਦੇ ਗੁਣ ਅਤੇ ਸੁਭਾਅ ਵੈਦ ਧਨੰਤਰ ਨੇ ਲਿਖੇ ਨੇ, ਅਤੇ ਸਾਇੰਟਿਸਟ ਹੈਰਾਨ ਨੇ ਕਿਸ ਤਰ੍ਹਾਂ ਲਿਖ ਦਿੱਤੇ। ਉਹ ਠੀਕ ਨੇ, ਜਿਹੜਾ ਜਿਹੜਾ ਸੁਭਾਅ ਉਸਨੇ ਦੱਸਿਆ ਠੀਕ, ਉਹਨੂੰ ਅੱਜ ਵੀ ਗਲਤ ਨਹੀਂ ਸਾਬਤ ਕੀਤਾ ਜਾ ਸਕਦਾ, ਜੋ ਉਸਨੇ 4000 ਸਾਲ ਪਹਿਲੇ ਦੱਸਿਆ, 4500 ਸਾਲ। ਵੀ ਇਹ ਬੂਟੀ ਗਰਮ ਮਿਜ਼ਾਜ ਦੀ ਹੈ, ਫਲਾਣੇ ਰੋਗ 'ਤੇ ਕੰਮ ਆ ਸਕਦੀ ਹੈ। ਇਸ ਬੂਟੀ ਦੀ ਤਾਸੀਰ ਠੰਡੀ ਹੈ, ਫਲਾਣੇ 'ਤੇ ਕੰਮ ਆ ਸਕਦੀ ਹੈ। ਹਰ ਜੜੀ ਬੂਟੀ ਦਾ ਉਸਨੇ ਗਿਆਨ ਲਿਖਿਆ ਹੈ। ਵੈਦ ਧਨੰਤਰ, ਇਹਦੇ ਰਾਹੀਂ ਆਯੁਰਵੇਦ ਦਾ ਜਨਮ ਹੋਇਆ। ਲੇਕਿਨ ਇਹ ਇਲਾਜ ਸਲੋ ਸੀ, ਸਪੀਡ ਬੜੀ ਸਲੋ ਸੀ, ਗਤੀ ਬੜੀ, ਚੱਲਣਾ ਬੜਾ ਸਲੋ ਸੀ। ਕਈ ਕਈ ਦਿਨ ਲੱਗ ਜਾਂਦੇ ਸਨ, ਪਰ ਰੋਗ ਦੀ ਜੜ੍ਹ ਕੱਟੀ ਜਾਂਦੀ ਸੀ। ਇਹ ਬਹੁਤ ਦੇਰ ਲਾਉਂਦਾ ਸੀ ਇਹ ਇਲਾਜ, ਲੋਕਾਂ ਦਾ ਵਿਸ਼ਵਾਸ ਹਟਦਾ ਗਿਆ। ਫਿਰ ਐਲੋਪੈਥੀ ਦਾ ਜਨਮ ਹੋਇਆ। ਮੱਥਾ ਦੁਖਦਾ, ਇੱਕ ਗੋਲੀ ਖਾਓ, ਹੁਣੇ ਠੀਕ। ਸਹਿਜੇ ਸਹਿਜੇ ਆਯੁਰਵੇਦ 'ਤੇ ਵਿਸ਼ਵਾਸ ਘੱਟਦਾ ਗਿਆ, ਐਲੋਪੈਥੀ 'ਤੇ ਵੱਧਦਾ ਗਿਆ। ਸਹਿਜੇ ਸਹਿਜੇ ਐਲੋਪੈਥੀ 'ਤੇ ਵੀ ਵਿਸ਼ਵਾਸ ਘਟਣ ਲੱਗ ਪਿਆ। ਕਿਉਂ? ਇਹਦੀ ਇਲਾਜ ਪੱਧਤੀ ਦੇ ਨਾਲ ਕਰੀਬਨ 90% 'ਤੇ ਸਾਈਡ ਇਫੈਕਟ ਹੋ ਜਾਂਦਾ। ਇੱਕ ਰੋਗ ਨੂੰ ਦਵਾਇਆ, ਦੂਜਾ ਪੈਦਾ ਹੋ ਜਾਂਦਾ। ਲੋਕਾਂ ਦਾ ਭਰੋਸਾ ਇੱਥੋਂ ਵੀ ਉੱਠਿਆ, ਫਿਰ ਹੋਮਿਓਪੈਥੀ ਅੱਗੇ ਆਈ। ਅੱਜ ਕੱਲ੍ਹ ਨੇਚਰਪੈਥੀ ਦਾ ਬੜਾ ਜ਼ੋਰ ਹੈ ਭਾਰਤ ਵਿੱਚ ਅਤੇ ਸਾਰੀ ਦੁਨੀਆ 'ਚ। ਤਾਂ ਮੈਂ ਅਰਜ਼ ਕਰਾਂ, ਆਯੁਰਵੇਦ ਮੌਜੂਦ ਹੈ, ਮੰਤਰਾਂ ਦੇ ਰਾਹੀਂ ਉਪਚਾਰ ਮੌਜੂਦ ਹੈ, ਐਲੋਪੈਥੀ ਮੌਜੂਦ ਹੈ, ਹੋਮਿਓਪੈਥੀ ਮੌਜੂਦ ਹੈ, ਨੇਚਰਪੈਥੀ ਵੀ ਮੌਜੂਦ ਹੈ, ਪਰ ਰੋਗੀ ਵੀ ਮੌਜੂਦ ਨੇ। ਹੈਰਾਨਗੀ ਦੀ ਗੱਲ ਹੈ, ਨਵੇਂ ਤੋਂ ਨਵਾਂ ਇਲਾਜ ਦਾ ਢੰਗ ਪੈਦਾ ਹੋ ਰਿਹਾ, ਨਵੇਂ ਤੋਂ ਨਵੇਂ ਰੋਗੀ ਜਨਮ ਲੈ ਰਹੇ। ਮੈਡੀਕਲ ਸਟੋਰ ਦਵਾਈਆਂ ਨਾਲ ਭਰਦੇ ਜਾ ਰਹੇ ਨੇ, ਬੰਦਿਆਂ ਦੇ ਸਰੀਰ ਰੋਗਾਂ ਨਾਲ ਭਰਦੇ ਜਾ ਰਹੇ ਨੇ। ਮਹਾਰਾਜ ਕਹਿੰਦੇ ਨੇ, ਸਾਰੀਆਂ ਦਵਾਈਆਂ ਦੀ ਤਰਫ ਮਨੁੱਖ ਜਾਂਦਾ, ਇੱਕ ਦਵਾਈ ਦੀ ਤਰਫ ਨਹੀਂ। ਕਿਉਂ? ਉਹ ਦਵਾਈ ਆਪ ਬਣਾਉਣੀ ਪੈਂਦੀ ਹੈ, ਬਾਜ਼ਾਰੋਂ ਨਹੀਂ ਮਿਲਦੀ। ਉਹ ਦਵਾਈ ਆਪ ਬਣਾਉਣੀ ਪੈਂਦੀ ਹੈ, ਕੋਈ ਡਾਕਟਰ ਨਹੀਂ ਦਿੰਦਾ। ਉਹ ਦਵਾਈ ਕੀ ਹੈ? ਉਹ ਦਾਰੂ ਕੀ ਹੈ? ਸੰਸਾਰ ਰੋਗੀ ਨਾਮ ਦਾਰੂ, ਮਹਿਲ ਲਾਗੇ ਸੱਚ ਬਿਨਾ, ਪ੍ਰਭੂ ਦਾ ਨਾਮ ਹੀ ਦਾਰੂ ਹੈ। ਔਰ ਐਸਾ ਦਾਰੂ ਹੈ ਸਰਬ ਰੋਗ ਕਾ ਔਖਦ ਨਾਮ, ਸਾਰੇ ਰੋਗਾਂ ਦੀਆਂ ਜੜ੍ਹਾਂ ਪੁੱਟ ਦਿੰਦਾ।